ਅਜੇਪਾਲ ਮੈਨੂੰ ਖੇੜਾ ਜੀ, ਤੁਸੀਂ ਵਾਰਡ ਨੰਬਰ 38 ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਉਮੀਦਵਾਰ ਹੋ, ਇਸ ਵਾਰੀ ਚੋਣ ਲੜਨ ਦਾ ਫੈਸਲਾ ਕੀਤਾ ਹੈ ਸਰ, ਕੀ ਸੋਚ ਲੈ ਕੇ ਤੁਸੀਂ ਵਾਰਡ ਨੰਬਰ 38 ਚ ਉਤਰੇ? ਪਹਿਲੀ ਗੱਲ ਤਾਂ ਮੈਂ ਸਾਰਿਆਂ ਨੂੰ ਕਹਿਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਕੁਐਸਚਨ ਪੁੱਛਿਆ ਸੀ ਵਾਰਡ ਨੰਬਰ 38 'ਚ ਤੁਸੀਂ ਕਿਉਂ ਲੜ ਰਹੇ ਐਤਕੀ ਇਲੈਕਸ਼ਨ, ਇਲੈਕਸ਼ਨ ਯਾਰ ਮੈਂ ਜਦੋਂ ਕਾਫੀ ਸਾਲਾਂ ਦਾ ਮੈਂ ਇੱਥੇ ਰਹੀ ਜਾਂਦਾ, ਮੈਨੂੰ 8-10 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਮੈਂ ਦੇਖਿਆ ਸਿਸਟਮ ਦੇ ਵਿੱਚ ਕਾਫੀ ਚੇਂਜਸ ਦੀ ਲੋੜ ਹੈ ਅਤੇ ਸਿਸਟਮ ਨੂੰ ਅਸੀਂ ਚੇਂਜ ਕਰਨ ਦੀ ਕੋਸ਼ਿਸ਼ ਕਰਾਂਗੇ। ਆਪਾਂ ਆਪ ਅੱਗੇ ਆਵਾਂਗੇ ਫਿਰ ਹੀ ਲੋਕ ਆਪਣੇ ਨਾਲ ਚੱਲਣਗੇ, ਅੱਗੇ ਲੱਗ ਕੇ ਕਿਸੇ ਨਾ ਕਿਸੇ ਨੂੰ ਤਾਂ ਚੱਲਣਾ ਪੈਣਾ ਅਤੇ ਸਿਸਟਮ ਨੂੰ ਚੇਂਜ ਕਰਨਾ ਪੈਣਾ। ਸੋ ਇਸ ਕਰਕੇ ਮਹਾਰਾਜ ਕਿਰਪਾ ਕਰੂਗਾ ਅਤੇ ਆਪਾਂ ਸਿਸਟਮ ਨੂੰ ਚੇਂਜ ਕਰਾਂਗੇ। ਤੁਸੀਂ ਇੱਕ ਯੂਥ ਲੀਡਰ ਹੋ ਅਤੇ ਡਿਵੈਲਪ ਵੀ ਵਧੀਆ ਕਰਵਾ ਸਕਦੇ ਹੋ, ਤੁਹਾਡੇ ਬੋਰਡ ਜਿਹੜੀ ਡੋਰ ਟੂ ਡੋਰ ਕੰਪੇਨਿੰਗ ਉਹਨੂੰ ਬੜਾ ਹੁੰਗਾਰਾ ਮਿਲ ਰਿਹਾ, ਇਹਦੇ ਪਿੱਛੇ ਕਾਰਨ ਕੀ ਹੈ? ਕਿਆ ਪਾਰਟੀ ਦਾ ਕੋਈ ਡਰਾਵਾ ਹੈ ਜਾਂ ਤੁਹਾਡੀ ਆਪਣੀ ਪਰਸਨੈਲਿਟੀ ਕਰਕੇ ਲੋਕ ਤੁਹਾਡੇ ਨਾਲ ਜੁੜ ਰਹੇ? ਮਹਾਰਾਜ ਜੀ ਮੈਂ ਤੁਹਾਨੂੰ ਦੱਸਾਂ ਵੀ ਪਾਰਟੀ ਦਾ ਤਾਂ ਚਲੋ ਹੈਗਾ ਹੀ ਹੈਗਾ, ਪਾਰਟੀ ਸਾਡੀ ਬਾਈ ਜੀ 100 ਸਾਲ ਪੁਰਾਣੀ ਪਾਰਟੀ ਹੈ, ਕੋਈ ਛੋਟੀ ਮੋਟੀ ਪਾਰਟੀ ਨਹੀਂ, ਬਹੁਤ ਵੱਡੀ ਪਾਰਟੀ ਹੈ। ਪਾਰਟੀ ਦਾ ਵੀ ਬਹੁਤ ਅੱਛਾ ਸਪੋਰਟ ਹੈ। ਦੂਜੀ ਗੱਲ ਹੈ ਵੀ ਇਹ MC ਦੇ ਇਲੈਕਸ਼ਨ ਹੁੰਦੇ ਆ, ਪਰਸਨਲ ਇਲੈਕਸ਼ਨ ਹੁੰਦੇ ਆ, ਪਰਸਨਲ ਇਲੈਕਸ਼ਨਾਂ ਦੇ ਵਿੱਚ ਹਰੇਕ ਬੰਦੇ ਨੂੰ ਪਰਸਨਲੀ ਇੰਟਰੈਕਟ ਕਰਦੇ ਹੋ, ਫਿਰ ਹੀ ਜਾ ਕੇ ਕਿਤੇ ਤੁਹਾਡੀ ਮਤਲਬ ਕਿ ਕਾਮਯਾਬੀ ਹੁੰਦੀ ਹੈ ਅਤੇ ਇਲੈਕਸ਼ਨਾਂ ਦੇ ਵਿੱਚ। ਦੂਜੀ ਗੱਲ ਇਹ ਹੈ ਵੀ ਵਿਕਾਸ ਦੇ ਕੰਮ ਜਿਹੜੇ ਤੁਹਾਡਾ ਵਿਜਨ ਕੀ ਹੈ, ਤੁਹਾਡਾ ਵਿਜਨ ਮੈਟਰ ਕਰਦਾ ਹੈ ਇਸ ਇਲੈਕਸ਼ਨ ਦੇ ਵਿੱਚ, ਅਤੇ ਸਾਡਾ ਮਹਾਰਾਜ ਦੀ ਕਿਰਪਾ ਨਾਲ ਵਿਜਨ ਬਹੁਤ ਵਧੀਆ। ਜਿਵੇਂ ਕਿ ਅਸੀਂ ਕਾਫੀ ਸਿਸਟਮ ਦੇ ਵਿੱਚ ਅਸੀਂ ਪੈਨਿਕ ਬਟਨ ਕ੍ਰੀਏਟ ਕਰ ਰਹੇ ਹਾਂ, ਇੱਕ ਬੜਾ ਸੋਹਣਾ ਨਵਾਂ ਅਸੀਂ ਲੇਟੈਸਟ ਇੰਸਟਰੂਮੈਂਟ ਲੈ ਕੇ ਆਏ ਹਾਂ, ਉਹਦਾ ਡੈਮੋ ਵੀ ਮੈਂ ਕਿਹਾ ਮੈਂ ਆਪਦੇ ਫੇਸਬੁੱਕ ਚੈਨਲ ਦੇ ਉੱਤੇ ਵੀ ਪਾਇਆ ਹੋਇਆ ਆਪਣਾ ਇਹਦਾ ਜਿਹੜਾ ਡੈਮੋ ਹੈ, ਅਤੇ ਉਹ ਇੱਕ ਸਿਕਿਉਰਿਟੀ ਸਿਸਟਮ ਨੂੰ ਹਾਈਟੈਕ ਸਿਕਿਉਰਿਟੀ ਸਿਸਟਮ ਹੈ, ਅਤੇ ਬਾਕੀ ਕੈਮਰਾਜ਼ ਹੋ ਗਏ, ਜਿਵੇਂ 4 ਐਗਜ਼ਿਟ ਪੁਆਇੰਟਸ ਦੇ ਉੱਤੇ ਅਸੀਂ ਕੈਮਰਾਜ਼ ਲਾਵਾਂਗੇ, ਜੋ ਵੀ ਐਗਜ਼ਿਟ ਪੁਆਇੰਟਸ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਸੀਲ ਕਰਾਂਗੇ, ਜੋ ਅਨਵਾਂਟਿਡ ਐਗਜ਼ਿਟ ਪੁਆਇੰਟਸ ਹੈ 71 ਦੇ ਉਹਨਾਂ ਨੂੰ ਵਾਇਰਡ ਫੈਂਸਿੰਗ ਦੇ ਨਾਲ ਅਸੀਂ ਸੀਲਡ ਕਰ ਦਾਂਗੇ। ਸੋ ਇਹੋ ਜਿਹੇ ਵਿਜਨ ਲੈ ਕੇ ਆਵਾਂਗੇ, ਬਾਕੀ ਤਾਂ ਤੁਹਾਨੂੰ ਪਤਾ ਹੀ ਹੈ। ਜਿਹੜੇ ਸਾਬਕਾ ਮੇਅਰ ਨੇ ਸਰਦਾਰ ਕੁਰਵੰਤ ਸਿੰਘ ਜੀ, ਉਹ ਵਾਰ ਵਾਰ ਆਪਣੇ ਜਿਹੜਾ ਆਜ਼ਾਦ ਗਰੁੱਪ ਬਣਾਇਆ ਹੋਇਆ ਉਹਨਾਂ ਨੇ, ਉਹਨਾਂ ਦੇ ਇੱਕੋ ਇੱਕ ਸਟੇਟਮੈਂਟ ਹੈ ਕਿ ਜੀ ਅਸੀਂ ਮੋਹਾਲੀ ਦਾ ਵਿਕਾਸ ਬੜਾ ਕਰਾਇਆ, ਅਤੇ ਵਿਕਾਸ ਦੇ ਮੁੱਦੇ 'ਤੇ ਉਹਨਾਂ ਦੇ ਸਾਰੇ ਕੈਂਡੀਡੇਟ ਚੋਣ ਲੜ ਰਹੇ ਆ, ਲੱਗਦਾ ਮੋਹਾਲੀ 'ਚ ਵਿਕਾਸ ਹੋਇਆ? ਵਿਕਾਸ ਜੀ, ਵਿਕਾਸ ਦੀ ਗੱਲ ਕਰੀਏ ਤਾਂ ਪਹਿਲਾਂ ਮੈਂ ਪੁੱਛਣਾ ਚਾਹੂੰਗਾ ਮੇਅਰ ਸਾਹਿਬ ਨੂੰ ਕਿ JLPL ਦੇ ਅਕਾਊਂਟ 'ਚੋਂ ਕਿੰਨਾ ਕੁ ਵਿਕਾਸ ਹੋਇਆ? ਇਹ ਤਾਂ ਅਕਾਲੀ ਦਲ ਦਾ ਵਿਕਾਸ ਕਰਾਇਆ ਹੋਇਆ, ਕੋਈ ਕੁਲਵੰਤ ਮੇਹਰ ਸਿੰਘ ਮੇਹਰ ਜੀ ਨੇ ਕੋਈ ਇੱਕ ਵਿਕਾਸ ਨਹੀਂ ਕਰਾਇਆ, ਇਹ ਅਕਾਲੀ ਦਲ ਦਾ ਵਿਕਾਸ ਹੈ ਸਾਰਾ, ਜਿਹੜਾ ਪਿਛਲੇ 10 ਸਾਲਾਂ 'ਚ ਅਕਾਲੀ ਦਲ ਨੇ ਕੀਤਾ। ਆਹ ਪਿਛਲੇ 4 ਸਾਲ ਦੇਖੋਗਾ ਕੋਈ ਵਿਕਾਸ ਹੋਇਆ ਮੋਹਾਲੀ ਦਾ? ਦੱਸੋ ਇੱਕ ਵੀ ਕੋਈ ਇੱਟ ਲੱਗੀ ਹੋਵੇ ਕਿਸੇ ਕੰਮ 'ਚ, ਜਾਂ ਕੋਈ ਪਾਰਕ ਦੀ ਮੈਂਟੇਨੈਂਸ ਕੀਤੀ ਹੋਵੇ? ਸਾਰੇ ਪਾਰਕਾਂ ਦਾ ਹਾਲ ਤਾਂ ਦੇਖੋ ਜਾ ਕੇ, ਮੇਰੇ ਕੋਲ ਫੋਟੋਗ੍ਰਾਫਸ ਹੈਗਾ, ਮੇਰੇ ਕੋਲ ਵੀਡੀਓਜ਼ ਹੈਗੀਆਂ, ਮੈਂ ਤੁਹਾਨੂੰ ਦਿਖਾਊਂਗਾ, ਹਾਲਤ ਦੇਖੋ ਕੀ ਹੈ ਤੁਹਾਨੂੰ। ਹੋਰ ਮੇਰੇ ਵਰਗੇ ਬੰਦੇ ਨੂੰ ਕੀ ਲੋੜ ਪੈ ਗਈ ਸੀ ਘਰੇ ਬੈਠੇ ਨੂੰ ਜਾ ਕੇ ਤੇ MC ਦਾ ਇਲੈਕਸ਼ਨ ਲੜਨ ਦੀ? ਇਸੇ ਕਰਕੇ ਲੜ ਰਹੇ ਹਾਂ, ਜਿਹੜਾ ਆਹ ਹਾਲਤ ਹੈ ਨਾ ਪਾਰਕਾਂ ਦੀ, ਉਹ ਜਾ ਕੇ ਤੁਸੀਂ ਚੈੱਕ ਕਰੋ ਪਹਿਲਾਂ, ਫਿਰ ਮੈਨੂੰ ਪੁੱਛਿਓ। ਫਿਰ ਤੁਸੀਂ ਜੇ ਕਿਤੇ ਦੇਖਿਆ ਹੁੰਦਾ ਨਾ ਤਾਂ ਤੁਸੀਂ ਆ ਕੇ ਮੈਨੂੰ ਇਹ ਕੁਐਸਚਨ ਨਹੀਂ ਕਹਿੰਦੇ ਸੀ ਮੇਅਰ ਸਾਹਿਬ ਨੇ ਐਂ ਕਰਾ ਤਾ, ਮੇਅਰ ਸਾਹਿਬ ਨੇ ਕੋਈ ਡਿਵੈਲਪਮੈਂਟ ਨਹੀਂ। ਕਿਹੜੀ ਡਿਵੈਲਪਮੈਂਟ ਕੀਤੀ ਹੈ? ਅਕਾਲੀ ਦਲ ਨੇ ਡਿਵੈਲਪਮੈਂਟ ਕੀਤੀ ਹੈ। ਡਿਵੈਲਪਮੈਂਟ ਉਹ ਹੁੰਦੀ ਹੈ ਜਿਹੜਾ ਬੰਦਾ ਆਪ ਕਰਾਵੇ, ਕਿਸੇ ਨੂੰ ਕਿਸੇ ਦੀਆਂ ਚੀਜ਼ਾਂ ਦੇ ਉੱਤੇ ਕ੍ਰੈਡਿਟ ਲੈਣਾ ਕੋਈ ਬਹੁਤੀ ਚੰਗੀ ਚੀਜ਼ ਨਹੀਂ ਹੁੰਦੀ ਜੀ। ਤੇ ਜਦੋਂ ਸਰ ਬਰਸਾਤਾਂ ਦਾ ਟਾਈਮ ਆਉਂਦਾ, ਬਰਸਾਤ ਆਉਂਦੀ ਹੈ, ਅਕਸਰ ਮੋਹਾਲੀ 'ਚ ਦੇਖਿਆ ਜਾਂਦਾ ਸੀਵਰੇਜ ਓਵਰਫਲੋ ਹੋ ਰਿਹਾ ਜਾਂ ਬਰਸਾਤ 'ਚ ਸ਼ਹਿਰ ਡੁੱਬਣ ਦੇ ਕਗਾਰ ਤੇ ਆ ਜਾਂਦਾ, ਤੁਹਾਡਾ ਵੀ ਇਲਾਕਾ ਜਿਹੜਾ ਪੂਰਾ ਡਾਊਨ ਹੈ? ਸਾਡੇ ਡਰੇਨੇਜ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ, ਸਭ ਤੋਂ ਵੱਡੀ ਪ੍ਰੋਬਲਮ ਕੀ ਹੋਇਆ ਜੀ, 2-3 ਸਾਲ ਪਹਿਲਾਂ ਬਾਰਿਸ਼ ਆਈ, ਮੈਂ ਆਪਦੀ ਗੱਡੀ ਲੈ ਕੇ ਜਿਮ ਤੋਂ, ਜਿਮ ਸੀਗਾ ਮੈਂ ਉਸ ਟਾਈਮ, ਤੇ ਬਾਹਰ ਨਿਕਲਿਆ, ਬੜੀ ਮੁਸ਼ਕਲ ਨਾਲ ਪਹੁੰਚਿਆ ਇੱਥੇ,
ਬੜੀ ਮੁਸ਼ਕਿਲ ਨਾਲ। ਉਹ ਤਾਂ ਚਲੋ ਮਹਾਰਾਜ ਦੀ ਕਿਰਪਾ ਸੀ ਵੀ ਗੱਡੀ ਉੱਚੀ ਸੀਗੀ ਤੇ ਮੈਂ ਆ ਗਿਆ, ਨਹੀਂ ਤਾਂ ਮੈਂ ਆ ਨਹੀਂ ਸਕਦਾ। ਅੱਛਾ, ਜਿਹੜੇ ਡਰਾਇੰਗ ਰੂਮ 'ਚ ਹੁਣ ਤੁਸੀਂ ਬੈਠੇ ਹੋ ਨਾ ਬਾਈ ਜੀ, ਇਸ ਡਰਾਇੰਗ ਰੂਮ ਦੇ ਜਿਹੜੇ ਸੋਫੇ ਆ ਸੀ ਇੱਟਾਂ ਦੇ ਉੱਤੇ ਰੱਖੇ ਸੀ, ਇੱਟਾਂ ਦੇ ਉੱਤੇ। ਸੋ ਇਹੋ ਜਿਹੀਆਂ ਬੜੀਆਂ ਦਿੱਕਤਾਂ ਹੈ ਇਸ ਵਾਰਡ ਦੇ ਵਿੱਚ ਸਪੈਸ਼ਲੀ। ਮੈਂ ਤਾਂ ਆਪਦੇ ਵਾਰਡ ਦੀ ਗੱਲ ਕਰੂੰਗਾ ਕਿਉਂਕਿ ਮੈਨੂੰ ਵਾਰਡ ਦਾ ਹੀ ਪਤਾ ਹੈ, ਜ਼ਿਆਦਾ ਐਵੇਂ ਮੈਂ ਆਖਾਂ ਵੀ ਮੁਹਾਲੀ ਦੀ ਵੱਡੀ ਪੋਲੀਟਿਕਸ ਦੇ ਵਿੱਚ ਨਹੀਂ, ਮੈਂ ਤਾਂ ਛੋਟੀ ਆਪਦੇ ਵਾਰਡ ਦੀ ਗੱਲ ਕਰ ਰਿਹਾ। ਵਾਰਡ ਦੇ ਵਿੱਚ ਬੜੀਆਂ ਪ੍ਰੋਬਲਮ ਹੈ, ਵਾਟਰ ਡਰੇਨੇਜ ਦੀ ਬੜੀ ਵੱਡੀ ਮੇਜਰ ਇਸ਼ੂ ਹੈ ਅਤੇ ਉਹਨੂੰ ਆਪਾਂ ਰਿਜ਼ੋਲਵ ਕਰਾਵਾਂਗੇ। ਮਹਾਰਾਜ ਕਿਰਪਾ ਕਰੋ, ਹੁਣ ਸਾਡੀ ਅੱਗੇ ਅਗਲੇ ਸਾਲ ਸਰਕਾਰ ਵੀ ਆ ਜਾਣੀ ਹੈ, ਸਰਕਾਰ ਆ ਗਈ ਤਾਂ ਸਾਰਾ ਕੁਛ ਮੁਹਾਲੀ ਦੀ ਡਿਵੈਲਪਮੈਂਟ ਤਕੜੇ ਹੋ ਕੇ ਕਰਾਂਗੇ। ਹਾਂ, ਮੈਂ ਤੁਹਾਡੇ ਚੈਨਲ ਦੇ ਥਰੂ ਇੱਕ ਰਿਕੁਐਸਟ ਜ਼ਰੂਰ ਕਰੂੰਗਾ ਮੈਂ ਸਾਰੇ ਆਪਦੇ ਵੋਟਰਸ ਨੂੰ ਕਿ ਜਿਹੜੀ ਰੈਸ਼ਨਲ ਇਵੈਲੂਏਸ਼ਨ ਹੈ, ਰੈਸ਼ਨਲ ਇਵੈਲੂਏਸ਼ਨ ਕਰਕੇ ਤੁਸੀਂ ਵੋਟ ਕੋਟ ਕਰਿਓ। ਇਹ ਨਾ ਹੋਵੇ ਵੀ ਕਿਤੇ ਐਵੇਂ ਕਿਸੇ ਪਾਰਟੀਆਂ ਦੇ ਚੱਕਰਾਂ ਦੇ ਵਿੱਚ ਬਹਿ ਕੇ ਜਾਂ ਕੋਈ ਗੱਲ, ਵੈਸੇ ਵੋਟ ਕਰਨਾ ਆਪਦਾ ਵੈਲੂਏਟ ਕਰਕੇ ਕੈਂਡੀਡੇਟ ਨੂੰ ਤੇ ਸਾਰੇ ਆਪਦਾ ਵੋਟ ਕਰੇ। ਇੱਕ ਜਿਹੜਾ ਤੁਸੀਂ ਤੁਹਾਡੇ ਕੰਪੀਟੀਟਰ ਨੇ ਵਾਰਡ ਨੰਬਰ 38 ਦੀ ਜੇ ਗੱਲ ਕਰੀਏ, ਸਰਬਜੀਤ ਸਿੰਘ ਸਮਾਣਾ, ਤੇ ਅਕਸਰ ਹੁੰਦਾ ਕੀ ਹੈ ਕਿ ਜਦ ਕੋਈ ਨੁਮਾਇੰਦਾ ਵੋਟ ਇਲੈਕਸ਼ਨ ਜਿੱਤ ਜਾਂਦਾ ਹੈ ਤਾਂ ਅਕਸਰ ਲੋਕ ਇਹ ਚਾਹੁੰਦੇ ਕਿ ਵੀ ਉਸ ਏਰੀਏ 'ਚ ਰਹੇ, ਉਹਨਾਂ 'ਚ ਵਿਚਰੇ, ਉਹਨਾਂ ਦੀ ਪ੍ਰੋਬਲਮ ਸੁਣੇ, ਪਰ ਉਹ ਬਾਹਰ ਚਲੇ ਜਾਂਦੇ ਆ, ਤੇ ਇਸ ਵਾਰੀ ਵੀ ਤੁਹਾਡੇ ਵਾਰਡ 'ਚ ਨੇ, ਕਿਤੇ ਤੁਸੀਂ ਵੀ ਤਾਂ ਨਹੀਂ ਕਰੋਗੇ ਵੋਟ ਜਿੱਤਣ ਤੋਂ ਬਾਅਦ, ਇਲੈਕਸ਼ਨ ਜਿੱਤਣ ਤੋਂ ਬਾਅਦ? ਵੀਰ ਜੀ, ਅਸੀਂ ਇਲੈਕਸ਼ਨ ਜਿੱਦਣ ਸਾਨੂੰ ਦੇਖੋ ਜੀ, ਇਹ ਬੜੇ ਚਿਰ ਦਾ ਕੋਈ ਪੋਲੀਟਿਕਸ ਸਾਡਾ ਨਾ, ਇਹ ਨਹੀਂ ਗਾ ਵੀ ਹੁਣੇ ਅਸੀਂ ਕੋਈ ਆਏ ਹਾਂ, ਸਾਨੂੰ ਬੜਾ ਚਿਰ ਹੋ ਗਿਆ ਇਹ ਕੰਮ ਕਰਦਿਆਂ ਨੂੰ। ਸੋ ਅਸੀਂ ਇਹ ਨਹੀਂ ਗਾ ਵੀ ਇੱਕ ਥਾਂ 'ਤੇ ਅਸੀਂ ਕੰਮ ਕਰੀਏ ਅਤੇ ਉਦੋਂ ਦੂਜੇ ਅਗਲੇ ਅਗਲੇ ਸਾਲ ਅਗਲੇ ਪਲਾਨ ਦੇ ਵਿੱਚ ਚਾਰ ਪੰਜ ਸਾਲਾਂ ਬਾਅਦ ਅਤੇ ਅਸੀਂ ਦੂਜੇ ਥਾਂ 'ਤੇ ਜਾ ਕੇ ਨਵੇਂ ਥਾਂ ਤੋਂ ਲੜੀਏ। ਸਾਡਾ ਇਹ ਕੰਮ ਨਹੀਂ, ਜਿੱਥੇ ਅਸੀਂ ਕੰਮ ਵਾਅਦੇ ਕੀਤੇ, ਜਿਹੜੀ ਗੱਲ ਕੀਤੀ ਆ, ਅਸੀਂ ਉੱਥੇ ਖਰੇ ਉਤਰਾਂਗੇ ਅਤੇ ਗਾਂਹ ਕੰਮ ਵੀ ਕਰਾਂਗੇ। ਹਾਂ, ਇੱਕ ਗੱਲ ਹੋਰ ਹੈ, ਐਤਕੀ ਮੈਨੂੰ ਚਾਂਸ ਦੇਣ ਮੇਰੇ ਵਾਰਡ ਦੇ ਵੋਟਰਸ, ਰਾਈਟ, ਅਤੇ ਅਗਲੇ ਸਾਲ ਸ਼ਾਇਦ ਮੈਨੂੰ ਕਹਿਣ ਦੀ ਲੋੜ ਨਹੀਂ ਪੈਣੀ ਕਿਸੇ ਨੂੰ, ਹਰੇਕ ਵੋਟਰ ਆਖੂਗਾ ਵੀ ਮੈਂ ਅਜੇਪਾਲ ਨੂੰ ਹੀ ਵੋਟ ਕਰਨੀ ਹੈ, ਅਜੇਪਾਲ ਨੂੰ ਵੋਟ ਕਰਨੀ ਹੈ, ਬਿਕੋਜ਼ ਜਿਹੜੇ ਕੰਮ ਕਰਾਂਗੇ ਅਸੀਂ ਉਹ ਪ੍ਰੂਵ ਹੋਣਗੇ, ਜਿਹੜੀਆਂ ਗੱਲਾਂ ਕੀਤੀਆਂ ਉਹ ਪ੍ਰੂਵ ਹੋਣਗੀਆਂ, ਅਤੇ ਸਭ ਤੋਂ ਪਹਿਲਾਂ ਹਰੇਕ ਵੋਟਰ ਇਹ ਚਾਹੂਗਾ ਵੀ ਅਸੀਂ ਅਜੇਪਾਲ ਨੂੰ ਵੋਟ ਦੇਣੀ। ਸ਼ਾਇਦ ਮੈਨੂੰ ਅਗਲੇ ਸਾਲ ਜਾ ਕੇ ਘਰੇ ਵੋਟਾਂ ਮੰਗਣ ਦੀ ਵੀ ਨਾ ਲੋੜ ਪਏ, ਇੰਨੀ ਮਹਾਰਾਜ ਦੀ ਕਿਰਪਾ ਵੀ ਹੋ ਸਕਦੀ ਹੈ, ਕਿਉਂਕਿ ਆਪਾਂ ਕਰਕੇ ਦਿਖਾਵਾਂਗੇ ਕੰਮ, ਆਪਾਂ ਕੋਈ ਐ ਨਹੀਂ ਗਾ ਝੂਠੇ ਵਾਅਦੇ ਕਰੀਏ। ਹਾਂ, ਮਹਾਰਾਜ ਕਿਰਪਾ ਕਰੇ। ਦੂਜੀ ਗੱਲ ਇਹ ਵੀ ਹੈ ਵੀ ਜਦੋਂ ਬਣ ਗਿਆ ਸੀ, ਇਮੀਡੀਏਟਲੀ ਚਾਰੇ ਐਗਜ਼ਿਟ ਪੁਆਇੰਟਸ ਦੇ ਉੱਤੇ ਕੈਮਰੇ ਲਵਾਉਣੇ ਆ, ਠੀਕ ਹੈ ਜੀ, ਕਾਰਗਿਲ ਪਾਰਕ ਦੇ ਵਿੱਚ ਕੈਮਰਾ ਲਵਾਉਣਾ, ਉਹ ਮੇਰਾ ਸਭ ਤੋਂ ਵੱਡਾ ਇਸ਼ੂ ਹੈ, ਜਿਹੜਾ ਸੈਂਟਰ ਦੇ ਵਿੱਚ ਇੱਕ ਜਗ੍ਹਾ ਹੈ ਉਹਨੂੰ ਸਿਕਿਉਰ ਕਰਨ ਦੀ, ਸਿਕਿਉਰਿਟੀ ਇਜ਼ ਆਰ ਮੇਨ ਪ੍ਰਾਇਓਰਿਟੀ ਆਫ ਸਾਡੇ ਏਰੀਆ। ਕਾਰਗਿਲ ਪਾਰਕ ਦੀ ਗੱਲ ਕਰ ਰਹੇ ਸਰ, ਫਾਉਂਟੇਨ ਪਾਰਕ ਵਰਕ ਕਰ ਰਿਹਾ ਇਸ ਟਾਈਮ? ਫਾਉਂਟੇਨ ਜੀ ਇਹਨਾਂ ਨੇ ਹਾਂ 3 ਦਿਨ ਹੋਇਆ ਚਲਾਇਆ, 3 ਦਿਨ ਹੋਇਆ ਚਲਾਇਆ, ਬਾਕੀ ਅੱਗੇ ਪਿੱਛੇ ਕਦੇ ਨਹੀਂ ਚੱਲਿਆ, ਉਹ ਬੜਾ ਮਾੜਾ ਹਾਲ ਕਰ ਛੱਡਿਆ। ਤੇ ਮੋਹਾਲੀ ਦੇ ਲੋਕਾਂ ਦਾ ਇੱਕ ਹੋਰ ਵੀ ਕਹਿਣਾ ਹੈ ਕਿ ਕਹਿੰਦੇ ਯਾਰ ਜਦ ਇਲੈਕਸ਼ਨ ਆਉਂਦੀ ਹੈ ਅਕਸਰ ਕੋਈ ਇਸ ਤਰ੍ਹਾਂ ਦੀ ਹਲਚਲ ਹੁੰਦੀ ਹੈ ਤਾਂ ਗਵਰਨਮੈਂਟ ਬੜੀ ਹੋਣੀ ਹੁੰਦੀ ਹੈ ਏਰੀਏ 'ਚ, ਕੁਛ ਲੋਕ ਕਹਿੰਦੇ ਕਹਿੰਦੇ ਯਾਰ ਇਲੈਕਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਜੀ ਦੇਖੋ ਇਲੈਕਸ਼ਨ ਦੇ ਨੇੜੇ ਆ ਕੇ ਤਾਂ ਸਭ ਹੀ ਕਰਦੇ ਆ, ਠੀਕ ਹੈ ਜੀ, ਉਹ ਤਾਂ ਇੱਕ ਆਈ ਵਾਸ਼ ਹੁੰਦਾ, ਆਈ ਵਾਸ਼ ਸਭ ਹੀ ਕਰਦੇ, ਐਤਕੀ ਵੀ ਹੁਣ ਆਈ ਵਾਸ਼ ਹੀ ਕਰੀ ਜਾਂਦੇ, ਆਈ ਵਾਸ਼ ਕਰ ਰਹੇ ਆ ਨਾ ਜੀ, ਹੁਣ ਇਲੈਕਸ਼ਨ ਨੇੜੇ ਆ ਕੇ ਇਹਨਾਂ ਨੇ ਚੱਕ ਕੇ ਟਾਈਆਂ ਲਵਾ ਦੀਆਂ ਚਾਰ ਥਾਵਾਂ ਤੇ, ਸਫਾਈਆਂ ਜਿਹੀਆਂ ਕਰਾਉਣੀਆਂ, ਇਟਸ ਆਈ ਵਾਸ਼, ਯੂ ਸ਼ੁੱਡ ਬੀ ਵੈਰੀ ਕਲੀਅਰ ਵੀ ਕੰਮ ਰੈਗੂਲਰ ਚੱਲਦੇ ਰਹਿਣਾ ਚਾਹੀਦੇ ਆ, ਕੋਈ ਪਾਰਸ਼ਲਿਟੀ ਨਹੀਂ ਹੋਣੀ ਚਾਹੀਦੀ, ਕੋਈ ਇਹੋ ਜਿਹਾ ਸਿਸਟਮ ਨਹੀਂ ਹੋਣਾ ਚਾਹੀਦਾ ਵੀ ਇਲੈਕਸ਼ਨ ਆ ਗਏ ਤੇ ਕੰਮ ਕਰਾਉਣਾ ਤੇ ਅਸੀਂ ਇਲੈਕਸ਼ਨ ਹੈ ਨਹੀਂ ਤੇ ਕੰਮ ਨਹੀਂ ਕਰਾਉਣਾ। ਇਹ ਨਹੀਂ ਗਾ ਵੀ ਉਹ ਇੱਕ ਤਾਂ ਮੁਕਾਬਤ ਵੀ ਹੁੰਦੀ ਆ ਬਰਸਾਤੀ ਡੱਡੂ ਵਾਲੀ, ਜਦੋਂ ਬਰਸਾਤ ਆਉਂਦੀ ਡੱਡੂ ਬਾਹਰੋਂ ਚੱਲ ਪੈਂਦੇ ਆ ਤੇ ਮੁੜ ਕੇ ਫਿਰ ਲੁਕ ਜਾਂਦੇ ਆ, ਉਹ ਜਿਹਾ ਸਿਸਟਮ ਨਹੀਂ ਕਰਨਾ ਚਾਹੀਦਾ ਜੀ। ਆਪਦਾ ਕੰਮ ਕਰੋ, ਇੱਕੋ ਪੇਸ ਦੇ ਉੱਤੇ ਰਹੋ, ਜਿੰਨਾ ਟਾਈਮ ਹੈਗਾ
ਸੇਮ ਪੇਸ ਦੇ ਨਾਲ ਕੰਮ ਕਰਦੇ ਰਹੋ। ਹਾਂ ਠੀਕ ਹੈ, ਥੋੜ੍ਹਾ ਕਰੋ, ਤੇਜ਼ ਕਰੋ, ਹੌਲੀ ਕਰੋ, ਦੈਟਸ ਅ ਡਿਫਰੈਂਟ ਸਟੋਰੀ ਰਾਈਟ, ਬਟ ਇੱਕੋ ਪੇਸ ਦੇ ਉੱਤੇ ਕੰਮ ਕਰੋ, ਉਹੀ ਕੰਮ ਸ਼ੋ ਹੁੰਦਾ, ਉਹੀ ਕੰਮ ਹੁੰਦਾ, ਉਹੀ ਵਿਕਾਸ ਦਿਖਦਾ। ਇਹ ਨਹੀਂ ਗਾ ਵੀ ਇਲੈਕਸ਼ਨ ਆ ਗਿਆ ਅੱਜ ਚੱਕ ਕੇ ਇੱਟਾਂ ਲਾ ਦਿਓ, ਚੱਕ ਕੇ ਰੇਲਿੰਗਾਂ ਬਦਲ ਦਿਓ, ਆਹ ਕਰ ਦਿਓ, ਉਹ ਨਹੀਂ, ਦੈਟਸ ਨੋਟ ਰਾਈਟ, ਬਟ ਆਈ ਥਿੰਕ ਉਹ ਅਨਐਥੀਕਲ ਹੈ, ਐਥਿਕਸ ਨਹੀਂ ਗੇ ਬੰਦੇ ਦੇ, ਐਥਿਕ ਕਲੀਅਰ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ताज़ा अपडेट्स और बड़ी खबरों के लिए सब्सक्राइब करें अर्थ प्रकाश टीवी और बेल आइकन दबाना ना भूलें।